कि अज कुछ चंद बीमारियां जिहड़ी अजकल मौजूदा दौर दे विच कबूतरबाजी दे विच जानवरां दे विच पाईयां जा रहीआं ने, वायरस दे हद तक वायरस आ रहा वा परिंदां नूं, उहदे मुताबक अज साढ़े बहुत ही प्यारे दोस्त भी ने, साढ़े बड़े भाई भी ने, डॉक्टर अमाद रशीद साहब, उन्हां अगे रिक्वेस्ट कीती सी कि डॉक्टर साहब कुछ सानूं टाइम दिओ ताकि असी दोस्तां नूं एक अच्छा प्लेटफार्म दे उत्ते लिया के शौक दे हवाले दे नाल कुछ बीमारियां दे मतलब दोस्तां नूं शेयर करिए, आगाह करिए। मैं तारफ करवावांगा डॉक्टर साहब दे नाल, डॉक्टर साहब नाल सलाम दुआ करदे हां ते फिर इंशाल्लाह डॉक्टर साहब नूं सवाल दुआ पुछदे हां ते उहनां दा हल प्रॉपर जिहड़ा डॉक्टर साहब कोलों मुफीद मशवरे दोस्तां वास्ते जिहड़े आ उहनां ने तैयार कीते आ जां जिहड़ी दवाई दोस्तां नूं इंशाल्लाह दसणगे और बहुत ही अच्छी होएगी इंशाल्लाह। अस्सलाम वालेकुम डॉक्टर साहब। जी वालेकुम सलाम। जी डॉक्टर साहब की हाल है? ठीक ठाक हो? कैसी तबीयत सेहत? खैरियत अल्लाह दा शुक्र। सब तो पहला डॉक्टर ताड़ा बहुत बहुत शुक्रिया कि रात दे तुसी इस पल दे विच साडे नाल बैठे हो। असल डॉक्टर साहब ताड़ा भी टाइम काफ़ी देर तो ताड़ा मिलता नहीं सी पिया क्योंकि ताड़ी मसरूफियात ही बहुत ज़्यादा वा। हाँ जी, कुछ डॉक्टर की हैसियत दे नाल, कुछ दोस्तों की हैसियत दे नाल ही तुहानू पता हर मामला फिर दोस्तों ने नाल शेयर भी करने होंगे तो सारे जड़ा ना गाइड करना जड़ा ना बड़ा जरूरी होंगे। तो डॉक्टर साहब अजकल कुछ सब तो पहला स्टेटस के उत्ते तो भी देखे होना वा तो जो मैं स्टेटस दोस्तों अपडेट किया कि डॉक्टर साहब अजकल काफ़ी दोस्त वट्सअप के उत्ते फेसबुक के उत्ते या मैं मेरे नाल कॉल करके चीज़ पूछते है कि अजकल कबूतरां नूं वायरस बहुत ज़्यादा आया हुआ वा। उहदियां मैं तुहानूं वजूहात दोस्तों जिहड़ियां दोस्तों ने मैनूं दसियां ने, सब तो पहला तो दो जिहड़े परिंदे हैगे ने सबज बिठां करन लग पैंदे ने उहनां दे विच कुछ कबूतरां नूं लकवा होना शुरू हो जांदा पोट बंद होण दी वजह तों, पोट भी नाल उहनां कबूतरां दी बंद होंदी आ, फिर कबूतर सिप दे विच चले जांदे ने, फिर उस तों बाद कबूतरां दी डैथ हो जांदी आ। ते ਇਹ ਦੋਸਤ ਕਹਿੰਦੇ ਆ ਕਿ ਸਾਨੂੰ ਪ੍ਰੋਪਰ ਹੱਲ ਜਿਹੜਾ ਨਾ ਗਾਈਡੈਂਸ ਜਿਹੜੀ ਮਿਲਣੀ ਚਾਹੀਦੀ ਹੈ ਤਾਂ ਕਿ ਸਾਡੇ ਪਰਿੰਦੇ ਜਿਹੜੇ ਆ ਨਾ ਬਚਣੇ ਚਾਹੀਦੇ ਆ। ਅਤੇ ਇਹਦੇ ਵਾਸਤੇ ਤੁਹਾਡੇ ਕੋਲ ਟਾਈਮ ਲਿਆ ਸੀ ਕਿ ਦੋਸਤਾਂ ਨੂੰ ਤੁਸੀਂ ਨਾ ਇਸ ਬਾਰੇ ਦੇ ਵਿੱਚ ਨਾ ਥੋੜ੍ਹੀ ਜਿਹੜੀ ਹੈ ਨਾ ਆਗਾਹੀ ਦਿਓ। ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਵੈਸੇ ਵੀ ਮੈਂ ਸਭ ਤੋਂ ਪਹਿਲੇ ਤਾਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਜਿਹੜੇ ਦੋਸਤ ਆ ਉਹਨਾਂ ਦੇ ਨਾਲ ਗੱਲਬਾਤ ਕਰ ਸਕਾਂ। ਜੀ ਬਹੁਤ ਮੈਂ ਤੁਹਾਡੇ ਸਵਾਲਾਂ ਦਾ ਜਵਾਬ ਤਾਂ ਦਿੰਦਾ ਵਾਂ, ਪਹਿਲੇ ਮੈਂ ਥੋੜ੍ਹਾ ਜਿਹਾ ਆਪਣਾ ਤਾਰਫ ਕਰਵਾ ਲਾਂ। ਮੇਰਾ ਨਾਮ ਡਾਕਟਰ ਇਮਾਦ ਰਸ਼ੀਦ ਹੈ, ਮੈਂ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦਾ ਵੀ ਹਾਂ ਅਤੇ ਇਸ ਤੋਂ ਇਲਾਵਾ ਮੈਂ ਆਪਣੀ ਪ੍ਰੈਕਟਿਸ ਵੀ ਕਰਦਾ ਵਾਂ। ਮਾਸ਼ਾਅੱਲਾ। ਅਤੇ ਤੁਸੀਂ ਜਿਹੜੇ ਸਵਾਲ ਕੀਤੇ ਹੁਣ ਉਹਨਾਂ ਦੀ ਤਰਫ ਆਉਂਦੇ ਹਾਂ ਅਤੇ ਸਭ ਤੋਂ ਪਹਿਲੇ ਤੁਸੀਂ ਪੁੱਛਿਆ ਕਿ ਜਾਨਵਰਾਂ ਦੇ ਵਿੱਚ ਪਰਿੰਦਿਆਂ ਦੇ ਵਿੱਚ ਕਬੂਤਰਾਂ ਦੇ ਵਿੱਚ ਜੀ ਇੱਕ ਹਰੀਆਂ ਵਿੱਠਾਂ ਦਾ ਜਿਹੜਾ ਨਾ ਉਹ ਮਸਲਾ ਆਉਣਾ ਸ਼ੁਰੂ ਹੋ ਜਾਂਦਾ। ਹਾਂਜੀ, ਹਰੀਆਂ ਵਿੱਠਾਂ ਜਿਹੜੀਆਂ ਨਾ ਇਹ ਜਾਨਵਰ ਜਿੰਨੇ ਵੀ ਆ ਕਬੂਤਰਾਂ ਸਮੇਤ ਇਹਨਾਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਹੁੰਦਾ ਜਾਂ ਹਰੀ ਵਿੱਠ ਦਾ ਜਿਹੜਾ ਮਸਲਾ ਬਣਦਾ ਨਾ ਉਹ ਰਾਣੀ ਖੇਤ ਦੀ ਵਜ੍ਹਾ ਤੋਂ ਹੁੰਦਾ ਵਾ। ਜੀ, ਰਾਣੀ ਖੇਤ ਨੂੰ ਅਸੀਂ ਪੈਰਾਮਿਕਸੋ ਵਰਾਇਟੀ ਜਿਹੜੀ ਹੈ ਨਾ ਉਹ ਕਹਿੰਦੇ ਹਾਂ ਅਤੇ ਆਮ ਜ਼ਬਾਨ ਦੇ ਵਿੱਚ ਇਹਨੂੰ ਨਿਊ ਕੈਸਲ ਡਿਜ਼ੀਜ਼ ਜਾਂ ਐਨ ਡੀ ਦੇ ਬਾਰੇ 'ਚ ਜਾਣਿਆ ਜਾਂਦਾ ਵਾ। ਜੀ, ਇਹ ਵਾਇਰਸ ਦੀ ਬਿਮਾਰੀ ਆ ਔਰ ਇਹ ਇਸੇ ਤਰ੍ਹਾਂ ਹੀ ਫੈਲਦੀ ਆ ਜਿਸ ਤਰ੍ਹਾਂ ਇੱਕ ਕਰੋਨਾ ਜਿਹੜਾ ਵਾਇਰਸ ਸੀਗਾ ਉਹ ਫੈਲਦਾ, ਯਾਨੀ ਕਰੋਨਾ ਤੋਂ ਤੁਸੀਂ ਸਮਝ ਸਕਦੇ ਹਾਂ ਕਿ ਕਿਸ ਤਰ੍ਹਾਂ ਇੱਕ ਤੋਂ ਦੂਸਰੇ ਨੂੰ ਇਹ ਲੱਗਦਾ ਵਾ, ਹਵਾ ਦੇ ਜ਼ਰੀਏ ਫੈਲਦਾ ਵਾ ਅਤੇ ਤੁਸੀਂ ਕਹਿ ਸਕਦੇ ਹਾਂ ਕਿ ਇਹ ਨੰਬਰ ਵਨ ਬਿਮਾਰੀ ਆ ਰਾਣੀ ਖੇਤ ਪਰਿੰਦਿਆਂ ਦੀ। ਜੀ, ਇਹਦੇ ਵਿੱਚ ਜਿਹੜਾ ਜਾਨਵਰ ਆ ਉਹ ਹਰੀਆਂ ਵਿੱਠਾਂ ਕਰਨੀਆਂ ਸ਼ੁਰੂ ਕਰ ਦਿੰਦਾ ਵਾ। ਹਾਂਜੀ, ਕਿਉਂਕਿ ਇਹ ਵਾਇਰਲ ਇਨਫੈਕਸ਼ਨ ਆ ਅਤੇ ਇਹਦੇ ਵਿੱਚ ਅਸੀਂ ਜਿਹੜਾ ਨਾ ਜਾਨਵਰ ਨੂੰ ਮੇਨਟੇਨ ਕਰਨਾ ਵਾ। ਜੀ, ਵਾਇਰਲ ਇਨਫੈਕਸ਼ਨ ਜਿਹੜੀ ਵੀ ਹੁੰਦੀ ਆ ਉਹਦਾ ਇੱਕ ਹੀ ਟਾਰਗੇਟ ਹੁੰਦਾ ਵਾ ਕਿ ਤੁਸੀਂ ਜਾਨਵਰ ਨੂੰ ਜਿਹੜੀਆਂ ਅਲਾਮਤਾਂ ਵਾ ਉਹਨਾਂ ਅਲਾਮਤਾਂ ਦੇ ਮੁਤਾਬਿਕ ਜਿਹੜਾ ਨਾ ਤੁਸੀਂ ਟ੍ਰੀਟ ਕਰਨਾ ਵਾ। ਜੀ, ਅਤੇ ਇਹਦੇ ਵਿੱਚ ਵੀ ਅਸੀਂ ਜਾਨਵਰਾਂ ਨੂੰ ਅਲਾਮਤ ਦੇ ਮੁਤਾਬਿਕ ਹੀ ਟ੍ਰੀਟ ਕਰੀਦਾ ਵਾ। ਮਿਸਾਲ ਦੇ ਤੌਰ 'ਤੇ ਉਹਦੇ ਵਿੱਚ ਡਾਇਰੀਆ, ਸ਼ਦੀਦ ਕਿਸਮ ਦਾ ਡਾਇਰੀਆ ਹੁੰਦਾ ਵਾ, ਡਾਇਰੀਆ ਨੂੰ ਓਵਰਕਮ ਕਰਨ ਵਾਸਤੇ ORS ਦਾ ਇਸਤੇਮਾਲ ਕਰਵਾਉਣਾ ਚਾਹੀਦਾ ਵਾ, ਨਮਕੋਲ ਦੇਣਾ ਚਾਹੀਦਾ। ਯਾਦ ਰੱਖੋ ਕਿ ਡਾਇਰੀਆ ਜਾਂ ਦਸਤ ਜਾਂ ਪਤਲੇ ਮੋਸ਼ਨ ਜਿਹੜੇ ਹੁੰਦੇ ਆ ਜਾਂ ਹਰੀਆਂ ਮਿੱਠਾਂ, ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਨਾ ਉਹ ਲਾਜ਼ਮੀ ਜਿਹੜੀ ਆ ਹੋਣੀ ਚਾਹੀਦੀ ਆ, ਉਹ ਇਹ ਆ ਕਿ ਜਾਨਵਰ ਦੇ ਵਿੱਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ। ਠੀਕ, ਪਾਣੀ ਦੀ ਕਮੀ ਨੂੰ ਕੰਮ ਕਰਨ ਵਾਸਤੇ
ਨਮਕੋਲ ਦਾ ਇਸਤੇਮਾਲ ਜਿਹੜਾ ਨਾ ਉਹ ਕਰਵਾ ਲਈਦਾ ਵਾ, ਉਹ ਬਿਹਤਰੀਨ ਆ। ਉਹਦੇ ਵਿੱਚ ਜਾਨਵਰ ਨੂੰ ਜਦੋਂ ਪਾਣੀ ਪੀਂਦਾ ਵਾ ਤੇ ਪਾਣੀ ਦੀ ਕਮੀ ਜਿਹੜੀ ਆ ਨਾ ਉਹ ਦੂਰ ਹੋ ਜਾਂਦੀ ਹੈ। ਠੀਕ। ਇੱਕ ਤਾਂ ਕੰਮ ਇਹ ਕਰਨਾ ਵਾ, ਕਿਸੇ ਵੀ ਬਿਮਾਰੀ ਦੇ ਵਿੱਚ ਜਾਨਵਰ ਨੂੰ ਅਗਰ ਦਸਤ ਲੱਗ ਗਏ ਆ, ਪਾਣੀ ਦੀ ਕਮੀ ਹੋ ਗਈ ਆ, ਤੇ ਨਮਕੋਲ ਦਾ ਇਸਤੇਮਾਲ ਕਰਵਾਉਣਾ। ਠੀਕ। ਤੁਹਾਨੂੰ ਪਤਾ ਕਿ ਬਰਸਾਤ ਦਾ ਮੌਸਮ ਚੱਲਦਾ ਪਿਆ। ਹਾਂਜੀ। ਬਰਸਾਤ ਦੇ ਮੌਸਮ ਦੇ ਵਿੱਚ ਵੀ ਨਮਕੋਲ ਦਾ ਇਸਤੇਮਾਲ ਕਰਵਾਉਣਾ ਜਿਹੜਾ ਨਾ ਉਹ ਬਹੁਤ ਜ਼ਿਆਦਾ ਅੱਛਾ ਵਾ ਅਤੇ ਬਹੁਤ ਜ਼ਿਆਦਾ ਮੁਫੀਦ ਆ। ਇਹ ਤੁਸੀਂ ਬੇਸ਼ੱਕ ਰੋਜ਼ਾਨਾ ਕਰਵਾ ਲਓ ਤਾਂ ਬਹੁਤ ਅੱਛੀ ਗੱਲ ਆ, ਲੇਕਿਨ ਅਗਰ ਤੁਸੀਂ ਰੋਜ਼ਾਨਾ ਨਹੀਂ ਕਰਵਾ ਸਕਦੇ ਤਾਂ ਦੂਸਰੇ ਤੀਸਰੇ ਦਿਨ ਜਿਹੜਾ ਨਾ ਤੁਸੀਂ ਨਮਕੋਲ ਦਾ ਇਸਤੇਮਾਲ ਕਰਵਾਓ। ਨਮਕੋਲ ਦਾ ਇਸਤੇਮਾਲ ਕਿੱਦਾਂ ਕਰਨਾ, ਇੱਕ ਪੈਕਟ ਬਣਿਆ ਬਣਾਇਆ ਮਿਲਦਾ, ਉਹਨੂੰ ਤੁਸੀਂ 1 ਲੀਟਰ ਪਾਣੀ ਦੇ ਵਿੱਚ ਘੋਲ ਕੇ ਅਤੇ ਜਾਨਵਰ ਦੇ ਅੱਗੇ ਰੱਖ ਦਿਓ। ਇਹੀ ਰੇਸ਼ੋ ਜਿਹੜੀ ਹੈ ਨਾ ਇਹ ਤੁਸੀਂ ਇਸਤੇਮਾਲ ਕਰਨੀ ਹੈ। ਠੀਕ ਹੋ। ਇਸ ਤੋਂ ਇਲਾਵਾ ਰਾਣੀ ਖੇਤ ਦੇ ਵਿੱਚ ਜਿਹੜਾ ਵਾ ਉਹ ਟ੍ਰਾਈਬਰਸਨ ਦਾ ਇੱਕ ਇੰਜੈਕਸ਼ਨ ਆਉਂਦਾ ਵਾ, ਅਤੇ ਇਹ ਤੁਸੀਂ ਪਾਣੀ ਦੇ ਵਿੱਚ ਪਾ ਕੇ ਇਹਨੂੰ ਇਸਤੇਮਾਲ ਕਰਵਾਓ। ਉਸ ਤੋਂ ਇਲਾਵਾ ਬੁਖਾਰ ਹੋ ਜਾਂਦਾ ਜਾਨਵਰ ਨੂੰ, ਬੁਖਾਰ ਨੂੰ ਕੰਮ ਕਰਨ ਵਾਸਤੇ ਬਰੂਫਨ ਜਿਹੜਾ ਕਬੂਤਰ ਆ ਇਹਨਾਂ ਦੇ ਵਿੱਚ ਬਿਹਤਰੀਨ ਜਿਹੜਾ ਨਾ ਰਿਜ਼ਲਟ ਆ। ਪੈਰਾਡੋਲ ਜਾਂ ਪੈਰਾਸੀਟਾਮੋਲ ਜਾਂ ਕਾਲਪੋਲ ਇਹ ਇਸਤੇਮਾਲ ਕਰਵਾਉਂਦੇ ਆ, ਲੇਕਿਨ ਇਹਦਾ ਕੋਈ ਇੰਨਾ ਖਾਤਰਖਾਹ ਅੱਛਾ ਰਿਜ਼ਲਟ ਨਹੀਂ ਹੈਗਾ, ਔਰ ਇਹ ਦੇਖਿਆ ਗਿਆ ਕਿ ਥੋੜ੍ਹਾ ਜਿਹਾ ਕਬੂਤਰਾਂ ਦੇ ਵਿੱਚ ਇਹ ਪ੍ਰੋਬਲਮ ਕਰਦਾ। ਸਹੀ। ਤਾਂ ਬਰੂਫਨ ਦਾ ਇਸਤੇਮਾਲ ਜਿਹੜਾ ਨਾ ਉਹ ਬਿਹਤਰੀਨ ਆ, ਯਾਨੀ ਤੁਸੀਂ ਆਪਣੇ ਜਾਨਵਰਾਂ ਦੇ ਵਿੱਚ ਬਰੂਫਨ ਦਾ ਇਸਤੇਮਾਲ ਕਰਵਾਓ। ਉਸ ਤੋਂ ਇਲਾਵਾ ਚੂੰਕਿ ਇਹ ਜਿਹੜੀ ਇੰਟੈਸਟਾਈਨ ਹੁੰਦੀ ਆ, ਯਾਨੀ ਜਿਹੜਾ ਜਾਨਵਰ ਦੀ ਆਂਤ ਹੁੰਦੀ ਆ, ਉਹਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਆ, ਅਤੇ ਉਹਦੇ ਵਾਸਤੇ ਜਿਹੜਾ ਫਲੈਚਲ ਆ ਇਹ ਬਿਹਤਰੀਨ ਆ। ਗੋਲੀ ਵੀ ਇਸਤੇਮਾਲ ਕਰਵਾਈ ਜਾ ਸਕਦੀ ਹੈ, ਲੇਕਿਨ ਗੋਲੀ ਤੋਂ ਜ਼ਿਆਦਾ ਬਿਹਤਰ ਆ ਕਿ ਤੁਸੀਂ ਸੀਰਪ ਇਸਤੇਮਾਲ ਕਰਵਾਓ, ਅਤੇ ਉਹਦਾ ਇਹ ਫਾਰਮੂਲਾ ਵਾ ਕਿ ਤੁਸੀਂ 3 ਤੋਂ 4 ਚਮਚ ਦੇ ਫਲੈਚਲ ਦੇ 4 ਲੀਟਰ ਪਾਣੀ ਦੇ ਵਿੱਚ ਤਕਰੀਬਨ ਮਿਲਾ ਕੇ, ਅਤੇ ਉਸ ਹਿਸਾਬ ਨਾਲ ਬਣਾ ਕੇ ਅਤੇ ਤੁਸੀਂ ਇਹਨਾਂ ਨੂੰ ਅੱਗੇ ਰੱਖੋ। ਅਤੇ ਇਸ ਤੋਂ ਇਲਾਵਾ ਟ੍ਰਾਈਬਰਸਨ ਦੇ ਬਾਰੇ 'ਚ ਮੈਂ ਦੱਸਿਆ ਵਾ, ਟ੍ਰਾਈਬਰਸਨ ਜਿਹੜਾ ਵਾ ਉਹ ਬਿਹਤਰੀਨ ਆ, ਉਹਨੂੰ ਤੁਸੀਂ ਇਸਤੇਮਾਲ ਕਰਾਓ। ਡਾਇਰੀਆ ਵਿੱਚ ਜਿਹੜਾ ਨਾ ਇਹਦਾ ਖਾਤਰਖਾਹ ਰਿਜ਼ਲਟ ਮਿਲਦਾ ਵਾ। ਅਤੇ ਅਗਰ ਕੋਈ ਰੈਸਪੀਰੇਟਰੀ ਪ੍ਰੋਬਲਮ ਆ, ਯਾਨੀ IB ਆ ਗਈ ਆ, ਇਨਫੈਕਸ਼ਸ ਬ੍ਰੋਂਕਾਈਟਸ ਆ ਗਈ ਆ ਜਾਨਵਰਾਂ ਦੇ ਵਿੱਚ, ਉਹ ਮਿੱਟੀ ਦੇ ਜ਼ਰੀਏ ਫੈਲਦੀ ਆ, ਉਹਦੇ ਵਿੱਚ ਤੁਸੀਂ ਜਿਹੜੀ ਐਂਟੀਬਾਇਓਟਿਕ ਆ ਉਹ ਹੋਣੀ ਚਾਹੀਦੀ ਹੈ, ਟਾਇਲੋਮਾਈਸੀਨ। ਜੀ। ਟਾਇਲੋਮਾਈਸੀਨ ਆਉਂਦੀ ਹੈ, ਟਾਇਲੋਮਾਈਸੀਨ F ਪਾਊਡਰ ਦੇ ਨਾਮ ਤੋਂ ਆਉਂਦੀ ਆ, ਉਹ ਜਿਹੜਾ ਨਾ ਤੁਸੀਂ ਨਾਲ ਇਸਤੇਮਾਲ ਕਰਾ ਸਕਦੇ ਹਾਂ IB ਦੇ। ਠੀਕ। ਪਹਿਲੇ ਐਂਡੀ ਹੁੰਦੀ ਸੀ, ਉਸ ਤੋਂ ਬਾਅਦ ਜਿਹੜਾ ਦੂਸਰੀ ਬਿਮਾਰੀ ਆਉਂਦੀ ਆ ਉਹ ਹੁੰਦੀ ਆ IB। ਜੀ। ਰੈਸਪੀਰੇਟਰੀ ਪ੍ਰੋਬਲਮ ਹੁੰਦੀ ਆ, ਅਤੇ ਇਹਨਾਂ ਸਾਰੀਆਂ ਬਿਮਾਰੀਆਂ ਦੇ ਨਾਲ ਜਿਹੜੀਆਂ ਵੀ ਵਾਇਰਲ ਇਨਫੈਕਸ਼ਨ ਆ, ਵਾਈਟਾਮਿਨ C ਦਾ ਇਸਤੇਮਾਲ ਕਰਵਾਉਣਾ ਜਿਹੜਾ ਨਾ ਬਹੁਤ ਜ਼ਿਆਦਾ ਮੁਫੀਦ ਹੁੰਦਾ ਵਾ। ਠੀਕ। ਉਹਦੇ ਵਾਸਤੇ ਇਨਸਾਨਾਂ ਦੇ ਵਿੱਚ ਕਤਰੇ ਆਉਂਦੇ ਆ ਜਿਹਦਾ ਨਾਮ ਆ ਸੀਕੋਨ। ਜੀ ਬਿਲਕੁਲ। ਸੀਕੋਨ ਦੇ ਕਤਰੇ ਤੁਸੀਂ ਇਸਤੇਮਾਲ ਕਰਵਾ ਸਕਦੇ ਆ, ਜਾਂ ਸੀਕੋਨ ਦੀ ਗੋਲੀ ਜਿਹੜੀ ਆ ਉਹ ਇਸਤੇਮਾਲ ਕਰਵਾ ਸਕਦੇ ਆ, ਜਾਂ ਪੋਲਟਰੀ ਦੇ ਵਿੱਚ ਜਿਹੜਾ ਸਾਡਾ ਮੁਰਗਾ ਵਾ, ਯਾਨੀ ਜਿਹੜਾ ਸਾਡਾ ਬਰਾਇਲਰ ਆ, ਇਹਨਾਂ ਦੇ ਵਿੱਚ ਇੱਕ ਆਉਂਦੀ ਆ ਵਿਟਾਮਿਨ ਸੀ ਦੇ ਨਾਮ ਤੋਂ ਪਾਊਡਰ ਆਉਂਦਾ ਵਾ, ਇਹ ਪਾਊਡਰ ਤੁਸੀਂ ਨਾਲ ਇਸਤੇਮਾਲ ਕਰਵਾ ਸਕਦੇ ਆ। ਇਹ ਕਿਸੇ ਵੀ ਬਿਮਾਰੀ ਦੇ ਵਿੱਚ ਤੁਸੀਂ ਵਿਟਾਮਿਨ ਸੀ ਦਾ, ਕਿਸੇ ਵੀ ਬਿਮਾਰੀ ਦੇ ਵਿੱਚ ਵਿਟਾਮਿਨ ਸੀ ਦਾ ਤੁਸੀਂ ਜਦੋਂ ਇਸਤੇਮਾਲ ਕਰਦੇ ਆ, ਤੇ ਇਹਦੇ ਨਾਲ ਜਿਸਮ ਦੀ ਜਿਹੜੀ ਕੁਵਤ ਮੁਦਾਫੀਅਤ ਆ ਉਹ ਬੜ ਜਾਂਦੀ ਹੈ। ਜੀ। ਕੁਵਤ ਮੁਦਾਫੀਅਤ ਹੀ ਅਸਲ ਦੇ ਵਿੱਚ ਬਣਾਉਣਾ ਹੁੰਦਾ ਵਾ, ਔਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੁੰਦਾ ਵਾ ਜਦੋਂ ਜਾਨਵਰ ਨੂੰ ਵਾਇਰਸ ਇਨਫੈਕਸ਼ਨ ਹੁੰਦੀ ਹੈ। ਜੀ। ਤੇ ਇਹ ਲਾਜ਼ਮੀ ਜਿਹੜਾ ਨਾ ਨਾਲ ਇਸਤੇਮਾਲ ਕਰਵਾਓ। ਇਹਦਾ ਕੀ ਕਿੱਦਾਂ ਇਸਤੇਮਾਲ ਕਰਵਾ ਸਕਦੇ ਹੋ ਤੁਸੀਂ, ਕਿ ਤੁਸੀਂ 2 ਤੋਂ 3 ਗ੍ਰਾਮ ਪਾਊਡਰ ਜਿਹੜਾ ਵਾ ਉਹ 1 ਲੀਟਰ ਪਾਣੀ ਦੇ ਵਿੱਚ ਪਾ ਲਓ, ਅਤੇ ਉਹਨੂੰ ਤੁਸੀਂ ਜਾਨਵਰਾਂ ਦੇ ਅੱਗੇ ਰੱਖ ਦਿਓ, ਜਾਨਵਰ ਪੀ ਲੈਣਗੇ। ਠੀਕ ਹੋ। ਅਤੇ ਰਾਣੀ ਖੇਤ 'ਚ ਵੀ ਇਸਤੇਮਾਲ ਕਰਵਾਓ, ਅਤੇ ਦੂਸਰਾ ਜਿਹੜਾ ਵਾ ਮਤਲਬ IB ਆ ਜਿਹੜੀ ਉਹਦੇ ਵਿੱਚ ਵੀ ਇਸਤੇਮਾਲ ਕਰਵਾਓ, ਜਾਂ ਹੋਰ ਇਸ ਤੋਂ ਇਲਾਵਾ ਵੀ ਜਿੰਨੀਆਂ ਵੀ ਬਿਮਾਰੀਆਂ ਉਹ 'ਚ ਇਸਤੇਮਾਲ ਕਰਵਾਓ, ਬਰਸਾਤ ਦੇ ਵਿੱਚ ਲਾਜ਼ਮੀ ਜਿਹੜਾ ਨਾ ਇਸਤੇਮਾਲ ਕਰਵਾਓ। ਠੀਕ ਹੋ ਗਿਆ। ਅਤੇ ਰਾਣੀ ਖੇਤ ਦੇ ਬਾਰੇ 'ਚ ਗੱਲ ਕਰ ਰਹੇ ਸੀਗੇ, ਅਤੇ ਇਹਦੇ ਵਿੱਚ ਹੀ ਤੁਸੀਂ ਜਿਹੜਾ ਨਾ ਆਪਣਾ ਇੱਕ ਤਾਂ ਬਰੂਫਨ ਦਾ ਇਸਤੇਮਾਲ ਕਰਨਾ, ਇੱਕ ਤੁਸੀਂ ਟ੍ਰਾਈਬਰਸਨ ਦਾ ਇਸਤੇਮਾਲ ਕਰਨਾ, ਪਾਣੀ ਦੇ ਵਿੱਚ ਤੁਸੀਂ ਨਮਕੋਲ ਪਾਉਣਾ ਵਾ, ਅਤੇ ਨਾਲ ਹੀ ਉਹਦੇ ਵਿੱਚ ਤੁਸੀਂ ਜਿਹੜਾ ਨਾ ਉਹ ਵਿਟਾਮਿਨ ਸੀ ਜਿਹੜਾ ਨਾ ਉਹਦਾ ਇਸਤੇਮਾਲ ਕਰਨਾ। ਠੀਕ ਹੋ ਗਿਆ ਜੀ ਡਾਕਟਰ ਸਾਹਿਬ। ਉਸ ਤੋਂ ਬਾਅਦ ਅੱਜ ਕੱਲ੍ਹ ਯਾਨੀ ਕਿ ਹੁਣ ਜਿਹੜੀ ਚੰਦ ਦਿਨਾਂ ਤੋਂ ਇੱਕ ਚੰਦ ਦੋਸਤਾਂ ਨੇ ਫੋਨ ਕਰਕੇ ਸਪੈਸ਼ਲ ਇਸ ਤੋਂ ਪੁੱਛਿਆ ਕਿ ਅੱਜ ਕੱਲ੍ਹ ਪਰਿੰਦਿਆਂ ਦੇ ਵਿੱਚ ਨਾ ਪਰਿੰਦਿਆਂ ਨੂੰ ਅੱਖਾਂ ਦਾ ਵਾਇਰਸ ਆਇਆ ਵਾ, ਅੱਖਾਂ ਦੇ ਵਾਇਰਸ ਤੋਂ ਬਾਅਦ ਕਬੂਤਰਾਂ ਨੂੰ ਤਕਰੀਬਨ ਯਾਨੀ ਕਿ ਅਜੇ ਉਹ ਉਹਨਾਂ ਨੂੰ ਵੀਕਨੈਸ ਨਹੀਂ ਹੁੰਦੀ ਹੈਗੀ, ਅਤੇ ਕਬੂਤਰ ਜਿਹੜੇ ਨੇ ਉਹ ਮਰ ਜਾਂਦੇ ਨੇ। ਇਹਦੀ ਬਾਰੇ ਦੇ ਵਿੱਚ ਵੀ ਜ਼ਰਾ ਕੋਈ ਦੋਸਤਾਂ ਨੂੰ ਕੋਈ ਗਾਈਡੈਂਸ ਦਿਓ ਜੀ। ਇਹਦੇ ਵਿੱਚ ਅੱਖਾਂ ਦਾ ਜਿਹੜਾ ਵਾਇਰਸ ਹੈ ਨਾ ਇਹ ਪੌਕਸ ਵਾਇਰਸ ਆ ਜੀ, ਇਹ ਫਾਊਲ ਪੌਕਸ ਕਹਿਲਾਉਂਦਾ ਵਾ। ਇਹ ਸਾਰੇ ਪਰਿੰਦਿਆਂ ਦੀ ਬਿਮਾਰੀ ਆ ਅਤੇ ਕਬੂਤਰਾਂ ਨੂੰ ਵੀ ਲਾਹਕ ਹੁੰਦੀ ਆ,
ਅਤੇ ਸਾਡੇ ਕਬੂਤਰਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਹੈ ਨਾ ਇਹ ਬਿਮਾਰੀ ਪਾਈ ਜਾਂਦੀ ਆ। ਔਰ ਤੁਸੀਂ ਦੇਖਿਆ ਹੋਏਗਾ ਕਿ ਜਦੋਂ ਗਰਮੀਆਂ ਆਉਂਦੀਆਂ ਤਾਂ ਉਦੋਂ ਇਹਦਾ ਹਮਲਾ ਜਿਹੜਾ ਨਾ ਜ਼ਿਆਦਾ ਹੋ ਜਾਂਦਾ। ਹਾਂਜੀ ਬਿਲਕੁਲ। ਇਹਦੇ ਹਮਲੇ ਦੀ ਵਜ੍ਹਾ ਜਿਹੜੀ ਬਣਦੀ ਹੈ ਨਾ ਉਹ ਮੱਛਰ ਆ ਜੀ। ਔਰ ਮੱਛਰ ਬਰਸਾਤ ਦੇ ਵਿੱਚ ਬਹੁਤ ਜ਼ਿਆਦਾ ਵੱਧ ਜਾਂਦਾ, ਗਰਮੀ 'ਚ ਤਾਂ ਹੁੰਦਾ ਹੀ ਆ ਹਾਂਜੀ, ਲੇਕਿਨ ਬਰਸਾਤ ਦਾ ਜਦੋਂ ਮੌਸਮ ਆਉਂਦਾ ਨਾ ਅਤੇ ਮੱਛਰ ਬਹੁਤ ਜ਼ਿਆਦਾ ਵੱਧ ਜਾਂਦਾ। ਜੀ ਬਿਲਕੁਲ। ਅਤੇ ਇਹ ਮੱਛਰ ਦੇ ਕੱਟਣ ਦੀ ਵਜ੍ਹਾ ਤੋਂ ਨਾ ਇਹ ਅਗਰ ਮੱਛਰ ਦੇ ਵਿੱਚ ਵਾਇਰਸ ਹੋਏਗਾ ਤਾਂ ਇਹ ਵਾਇਰਸ ਅੱਗੇ ਮੁੰਤਕਿਲ ਹੋ ਜਾਏਗਾ। ਯਾਨੀ ਤੁਸੀਂ ਇਸ ਚੀਜ਼ ਨੂੰ ਇਸ ਇਨਸਾਨਾਂ ਦੀ ਇਸ ਬਿਮਾਰੀ ਦੇ ਨਾਲ ਸਮਝ ਸਕਦੇ ਹੋ ਜਿਹੜੀ ਕਿ ਡੈਂਗੀ ਆ। ਠੀਕ। ਯਾਨੀ ਤੁਸੀਂ ਸਮਝ ਲਓ ਕਿ ਡੈਂਗੀ ਜਿਹੜੀ ਆ ਉਹ ਹਰ ਮੱਛਰ ਦੇ ਵਿੱਚ ਨਹੀਂ ਹੁੰਦੀ, ਹਰ ਮੱਛਰ ਡੈਂਗੀ ਨਹੀਂ ਕਰਦਾ। ਡੈਂਗੀ ਦਾ ਮੱਛਰ ਮਖਸੂਸ ਮੱਛਰ ਹੁੰਦਾ ਵਾ। ਇਸੇ ਤਰ੍ਹਾਂ ਹੀ ਜਿਹੜਾ ਕਬੂਤਰ ਆ ਉਹਦਾ ਮੱਛਰ ਮਖਸੂਸ ਮੱਛਰ ਆ, ਹਰ ਮੱਛਰ ਜਿਹੜਾ ਵਾ ਉਹ ਪੌਕਸ ਵਾਇਰਸ ਨਹੀਂ ਫੈਲਾਉਂਦਾ। ਹੁੰਦਾ ਇਹ ਆ ਕਿ ਜਿਹੜਾ ਜਾਨਵਰ ਤੁਹਾਡਾ ਕੋਈ ਮੁਤਾਸਰ ਆ ਨਾ ਉਹ ਮੁਤਾਸਰਾ ਜਾਨਵਰ ਦਾ ਖੂਨ ਜਦੋਂ ਉਹ ਚੂਸਦਾ ਵਾ ਅਤੇ ਖੂਨ ਦੇ ਵਿੱਚ ਜਰਾਸੀਮ ਹੁੰਦੇ ਆ ਔਰ ਉਹ ਜਰਾਸੀਮ ਜਦੋਂ ਅਗਲੇ ਜਾਨਵਰ ਦੇ ਜਾ ਕੇ ਅਤੇ ਖੂਨ ਚੂਸਦਾ ਵਾ ਉਹ ਮੁੰਤਕਿਲ ਹੋ ਜਾਂਦਾ। ਠੀਕ। ਯਾਨੀ ਮੱਛਰ ਤੋਂ ਮੱਛਰ ਦੇ ਨਾਲ ਮੁੰਤਕਿਲ ਹੁੰਦਾ ਵਾ। ਠੀਕ। ਇਹ ਇੱਕ ਸਭ ਤੋਂ ਵੱਡਾ ਜ਼ਰੀਆ ਵਾ। ਸਹੀ। ਦੂਸਰਾ ਜਿਹੜਾ ਇਹਦਾ ਜ਼ਰੀਆ ਹੁੰਦਾ ਵਾ ਕਿ ਇੱਕ ਜਾਨਵਰ ਨੇ ਇੱਕ ਜਗ੍ਹਾ ਤੋਂ ਪਾਣੀ ਪੀਤਾ, ਜਿਹੜਾ ਬਿਮਾਰ ਜਾਨਵਰ ਆ ਜੀ ਜੀ, ਉਹਦੀ ਬਹੁਤ ਸਾਰੀ ਡਰੋਪਿੰਗਸ ਕੋਈ ਅੰਦਰੋਂ ਮੂੰਹ ਦੇ ਵਿੱਚੋਂ ਰਤੂਬਤਾਂ ਉਹ ਪਾਣੀ ਦੇ ਵਿੱਚ ਗਿਰ ਜਾਂਦੀਆਂ। ਠੀਕ। ਜਾਂ ਦਾਣੇ ਦੇ ਵਿੱਚ ਗਿਰ ਜਾਂਦੀਆਂ, ਉੱਥੋਂ ਜਿਹੜੇ ਤੰਦਰੁਸਤ ਜਾਨਵਰ ਨੇ ਉਹ ਬਿਮਾਰੀ ਉੱਥੋਂ ਪਿੱਕ ਕਰ ਲੈਂਦੇ ਆ, ਯਾਨੀ ਉੱਥੋਂ ਬਿਮਾਰੀ ਚੁੱਕ ਲੈਂਦੇ ਆ। ਸਹੀ। ਅਤੇ ਇਸ ਤਰ੍ਹਾਂ ਉਹ ਜਾਨਵਰ ਬਿਮਾਰ ਹੋ ਜਾਂਦੇ ਆ। ਠੀਕ ਹੋਵੇ। ਅੱਛਾ, ਹੁਣ ਕਰਨਾ ਕੀ ਆ? ਕਰਨਾ ਇਹ ਆ ਕਿ ਇਹਦਾ ਇਲਾਜ ਮੈਂ ਤੁਹਾਨੂੰ ਨੁਸਖਾ ਦੱਸਦਾ ਕਿ ਇਹਦੇ ਵਿੱਚ ਚੂੰਕਿ ਇਹ ਪੌਕਸ ਵਾਇਰਸ ਆ ਅਤੇ ਬਿਹਤਰੀਨ ਜਿਹੜੀ ਐਂਟੀਬਾਇਓਟਿਕ ਆ ਉਹ ਹੈਗੀ ਆ ਟੈਰਾਮਾਈਸੀਨ ਜਾਂ ਆਕਸੀਟੈਟਰਾਸਾਈਕਲੀਨ ਜੀ। ਆਕਸੀਟੈਟਰਾਸਾਈਕਲੀਨ ਦੇ ਵਿੱਚ ਜਿਹੜੀ ਸਾਨੂੰ ਅਵੇਲੇਬਲ ਆ ਉਹ ਇਨਸਾਨਾਂ ਦੇ ਵਿੱਚ ਕੈਪਸੂਲ ਆਉਂਦਾ ਡੌਕਸੀਸਾਈਕਲੀਨ ਦਾ, ਉਹਦੀ ਬ੍ਰੈਂਡ ਨੇਮ ਹੈਗਾ ਵਿਬਰਾਮਾਈਸੀਨ, 100 ਮਿਲੀਗ੍ਰਾਮ ਦਾ ਕੈਪਸੂਲ ਆਉਂਦਾ। ਐਂਟੀਬਾਇਓਟਿਕ ਜਦੋਂ ਯੂਜ਼ ਕਰਨੀ ਆ ਅਤੇ ਵਿਬਰਾਮਾਈਸੀਨ ਜਿਹੜੀ ਆ ਉਹ ਯੂਜ਼ ਕਰਨੀ ਆ। ਯਾਨੀ ਭਰਾ ਜਿਹੜੇ ਆ ਉਹ ਟ੍ਰਾਈਬਰਸਨ ਯੂਜ਼ ਕਰਨੀ ਸ਼ੁਰੂ ਕਰ ਦਿੰਦੇ ਆ ਜਾਂ ਦੂਸਰੀ ਤੀਸਰੀ ਕਰਨੀ ਸ਼ੁਰੂ ਕਰ ਦਿੰਦੇ ਆ, ਲੇਕਿਨ ਇਸ ਬਿਮਾਰੀ ਦੇ ਵਿੱਚ ਜਿਹੜਾ ਮੁਫੀਦ ਐਂਟੀਬਾਇਓਟਿਕ ਆ ਉਹ ਹੈਗੀ ਆ ਡੌਕਸੀਸਾਈਕਲੀਨ, ਜਿਹੜੀ ਵਿਬਰਾਮਾਈਸੀਨ ਦੇ ਨਾਮ ਤੋਂ ਕੈਪਸੂਲ ਆਉਂਦੀ। ਠੀਕ।